ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੱਜ ਤੋਂ ਚੋਨੇ ਦੀ ਖਰੀਦ ਸ਼ੁਰੂ ਹੋਵੇਗੀ ਕਿਸਾਨਾਂ ਦੇ ਲਈ ਮੰਡੀਆਂ ਦੇ ਵਿੱਚ ਪੂਤਾ ਪ੍ਰਬੰਧ ਕੀਤੇ ਗਏ ਨੇ ਇਤੇ ਦਾਸੇ ਕਿ ਮੌਜੂਦਾ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੋਂ ਦੇ ਵੱਲੋਂ ਕਿਹਾ ਗਿਆ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਦਿੱਕਤ ਜੁੜੀ ਨਹੀਂ ਆਉਂਦੇ ਚਾਈਗੀ ਸੋ ਕਿਸਾਨਾਂ ਨੂੰ ਅਦਾਇਗੀ ਦੇ ਵਾਸਤੇ 41340 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਜੜੀ ਜਾ ਰਹੀ ਹੈ ਉਧਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਮੰਡੀਆਂ ਦੇ ਵਿੱਚ ਪੂਰੇ ਬਿਜਲੀ ਦੇ ਪਾਣੀ ਦੇ ਪ੍ਰਬੰਧ ਸਫਾਈ ਦੇ ਕੀਤੇ ਗਏ ਨੇ ਮੌਜੂਦਾ ਸਰਕਾਰ ਨੇ ਮਾਰਚ 2022 ਤੋਂ ਹੁਣ ਤੱਕ ਝੋਨਾ ਕਣਕ ਦੀਆਂ ਪੰਜ ਫਸਲਾਂ ਦੀ ਜਿਹੜੇ ਕਹਿ ਸਕਦੇ ਹਾਂ ਕਿ ਸਫਲ ਖਰੀਦ ਉਪਰੰਤ ਇਸ ਸੋਨੇ ਦੀ ਫਸਲ ਯਾਨੀ ਕਿ ਝੋਨੇ ਦੀ 203 ਲੱਖ ਟਨ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਕੇਂਦਰੀ ਭੰਡਾਰ ਦੇ ਲਈ ਝੋਲ ਦੇਣ ਵਾਸਤੇ 185 ਲੱਖ ਟਨ ਝੋਨੇ ਦੀ ਖਰੀਦ ਅੱਜ ਤੋਂ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਨੇ 2100 ਤੋਂ ਵੱਧ ਮੰਡੀਆਂ ਅਤੇ ਆਰਜ਼ੀ ਖਰੀਦ ਕੇਂਦਰਾਂ ਦੇ ਵਿੱਚ ਬਿਜਲੀ ਪਾਣੀ ਦਾ ਪ੍ਰਬੰਧ ਸਫਾਈ ਤੋਂ ਇਲਾਵਾ 500 ਬੋਰੀਆਂ ਵਾਲੀਆਂ 5 ਲੱਖ ਗੰਡਾਂ ਅਤੇ ਹੋਰ ਬਾਰਦਾਨੇ ਦਾ ਇੰਤਜ਼ਾਮ ਜੋ ਹੈ ਕਰ ਲਿਆ ਗਿਆ ਨਾਲ ਅੱਜ ਸਪਲਾਈ ਵਿਭਾਗ ਦੇ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਦੱਸ ਦਈਏ ਕਿ ਇਹ ਦੱਸਿਆ ਕਿ ਚਾਰ ਸਰਕਾਰੀ ਏਜੰਸੀਆਂ ਪੰਸਪ ਪਨਗ੍ਰੇਨ ਮਾਰਕ ਫੈਟ ਅਤੇ ਵੀਰ ਹਾਊਸਿੰਗ ਕਾਰਪ੍ਰੇਸ਼ਨ ਨੂੰ 185 ਲੱਖ ਟਨ ਖਰੀਦ ਦੇ ਲਈ ਮੰਡੀਆਂ ਦੀ ਅਲਾਟਮੈਂਟ ਅਤੇ ਵਕੋਂ-ਵਕਟੀ ਚੇਦ ਦਿੱਤੇ ਗਏ ਨੇ ਉਹਨਾਂ ਕਹਿੰਿਆ ਕਿ ਕੇਂਦਰੀ ਏਜੰਸੀ FCI ਨੂੰ ਵੀ ਖਰੀਦ ਦਾ ਟੀਚਾ ਦੇ ਦੁੱਤਾ ਹੈ ਜੋ ਮਾਮੂਲੀ 5 ਲੱਖ ਟਨ ਚੋਂ ਨਾ ਤੱਕ ਦਾ ਸੀ ਜੇਕਰ ਹੋ ਗਿਆ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਕੇਂਦਰ ਸਰਕਾਰ ਨੂੰ ਲਿਖਨ ਤੇ ਰਿజర్ਵ ਬੈਂਕ ਨੇ ਇਸ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਨੂੰ ਅਦਾਇਗੀ ਕਰਨ ਦੇ ਲਈ 41340 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਦੀ ਜੋ ਰਕਮ ਹੈ ਉਹ ਪੰਜਾਬ ਦੇ ਬੈਂਕਾਂ ਨੂੰ ਜਾਰੀ ਹੋ ਗਈ ਜਿਸ ਦੇ ਵਿੱਚੋਂ ਕਿਸਾਨਾਂ ਅਤੇ ਆੜਤੀਆਂ ਦੇ ਖਾਤਿਆਂ ਦੇ ਵਿੱਚ ਨਾਲੋਂ ਨਾਲ ਜਾਂਦੀ ਰਹੇਗੀ ਅਧਿਕਾਰੀਆਂ ਦਾ ਕਹਿਣਾ ਕਿ ਲੋੜ ਪੈਣ ਤੇ ਹੋਰ ਵੱਧੂ ਰਕਮ ਨਵੰਬਰ ਮਹੀਨੇ ਦੇ ਵਿੱਚ ਵੀ ਜਾਰੀ ਕੀਤੀ ਜਾਏਗੀ ਸੋ ਲੇਬਰ ਯੂਨੀਅਨਾਂ ਆਰਤੀ ਜਥੇਬੰਦੀਆਂ ਅਤੇ ਸ਼ੈਲਰ ਮਾਲਕਾਂ ਸਣੇ ਜਿਹੜਾ ਇਸ ਖਰੀਦ ਮੌਸਮ ਦੇ ਚੱਲਦਿਆਂ ਕਈ ਕਿਸਮਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਲਈ ਅਨਾਜ ਸਪਲਾਈ ਮੰਤਰੀ ਲਾਲਚੰਦ ਕਟਾਰੂਚਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਜਿਹੜਾ ਰੱਖਿਆ ਹੋਇਆ ਹੈ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਕਿਹਾ ਗਿਆ ਕਿ ਪਿਛਲੀ ਸਰਕਾਰ ਦੇ ਵਿਲੇ ਦੀਆਂ ਦੋ ਫਸਲਾਂ ਅਤੇ ਮੌਜੂਦਾ ਸਰਕਾਰ ਵਲੇ ਦੀਆਂ ਪੰਜ ਫਸਲਾਂ ਦੀ ਖਰੀਦ ਦਾ 8000 ਕਰੋੜ ਤੋਂ ਵੱਧ ਦਾ ਦਿਹਾਤੀ ਵਿਕਾਸ ਫੰਡ ਅਜੇ ਕੇਂਦਰ ਸਰਕਾਰ ਦੇ ਵੱਲ ਬਕਾਇਆ ਪਿਆ ਸੁਪਰੀਮ ਕੋਰਟ ਦੇ ਵਿੱਚ ਇਸ ਦਾ ਕੇਸ ਜਿਹੜਾ ਉਹ ਪਾਇਆ ਗਿਆ ਸੋ ਇਥੇ ਦੱਸ ਦਈਏ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਰਮਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਪੁਖਤਾ ਪ੍ਰਬੰਧ ਜਿਹੜੇ ਕੀਤੇ ਜਾਣਗੇ ਸੋ ਕਿਸਾਨਾਂ ਨੂੰ ਉਤਾਈ ਗਈ ਵਾਸਤੇ 41340 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਜਿਹੜੀ ਹੈ ਉਹ ਜਾਰੀ ਹੋਏ ਸੋ ਅੱਜ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਜਾਏਗੀ ਕਿਸਾਨ ਮੰਡੀਆਂ ਦੇ ਵਿੱਚ ਪਹੁੰਚਣੇ ਜਿਹੜੇ ਸ਼ੁਰੂ ਹੋ ਜਾਣਗੇ